देख रहे हो सांझ टीवी न्यूज पोर्टल। सुल्तानपुर लोधी दे बेबे नानकी ट्रीटमेंट प्लाट विच लाश मिलन दा मामला सामने आया है। जानकारी मुताबिक सवेरे जदों ट्रीटमेंट प्लाट दा वर्कर चेक करन गया तां उसनू ट्रीटमेंट प्लाट विच इक नौजवान दी लाश दिखाई दित्ती। उसने मौके ते थाना सुल्तानपुर लोधी दी पुलिस नूं सूचित कीता अते बाद विच पुलिस दी मदद नाल अनपछाते व्यक्ति दी लाश नूं बाहर कढ़िया गया। ਅਸੀਂ ਇੱਥੇ ਪਲਾਟ ਤੇ ਡਿਊਟੀ ਕਰਦੇ ਹਾਂ। ਅਸੀਂ ਸਵੇਰੇ 8 ਵਜੇ ਜਦੋਂ ਆਏ ਹਾਂ, ਸਾਡਾ ਪਹਿਲਾ ਬੰਦਾ ਯੂਪੀ ਤੋਂ ਗਿਆ ਵਾ, ਦੂਜਾ ਬੰਦਾ ਜਦੋਂ ਆਇਆ ਵਾ ਅਤੇ ਨਾਲ ਹੀ ਮੈਂ ਆਇਆ ਉਹਦੇ। ਅਸੀਂ ਦੇਖਿਆ ਕਿ ਜੋ ਗੇੜਾ ਮਾਰਿਆ ਅਤੇ ਕੋਈ ਵਿਅਕਤੀ ਵਿੱਚ ਵੀ ਉਹਦੀ ਲਾਸ਼ ਡਿੱਗੀ ਪਈ ਸੀਗੀ। ਅਸੀਂ ਦੇਖ ਕੇ ਤਾਂ ਬਾਅਦ 'ਚੋਂ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਅਤੇ ਉਦੋਂ ਬਾਅਦ 'ਚੋਂ ਅਸੀਂ ਸ਼ਹਿਰ ਦੇ ਪੁਲਿਸ ਵਾਲਿਆਂ ਨੂੰ, ਮੁਲਾਜ਼ਮਾਂ ਨੂੰ, ਅਫਸਰਾਂ ਨੂੰ ਖਬਰ ਕੀਤੀ ਕਿ ਉਹ ਆਏ ਆ ਅਤੇ ਉਹਨਾਂ ਨੇ ਦੇਖਿਆ ਅਤੇ ਲਾਸ਼ ਵਿੱਚੋਂ ਬਾਹਰ ਕੱਢਿਆ ਗਿਆ। ਲਾਸ਼ ਦੀ ਹਾਲਤ ਤਾਂ ਕਾਫੀ ਗੰਭੀਰ ਸੀ ਅਤੇ ਨਾਲ ਹੀ ਲਾਸ਼ ਦੇ ਮੋਟਰਸਾਈਕਲ ਨੂੰ ਬੰਨ ਕੇ ਸੁੱਟਿਆ ਗਿਆ ਸੀ। ਲਾਸ਼ ਭੇਦ ਭਰੀ ਹਾਲਾਤ 'ਚ ਬਰਾਮਦ ਹੋਈ ਹੈ। ਲਾਸ਼ ਨੂੰ ਮੋਟਰਸਾਈਕਲ ਨਾਲ ਤਾਰਾਂ ਨਾਲ ਬੰਨ ਕੇ ਟ੍ਰੀਟਮੈਂਟ ਪਲਾਟ ਵਿੱਚ ਸੁੱਟਿਆ ਗਿਆ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਮਾਮਲਾ ਕਤਲ ਦਾ ਹੈ ਅਤੇ ਲਾਸ਼ ਦੇ ਉੱਪਰ ਕਾਫੀ ਸੱਟਾਂ ਦੇ ਨਿਸ਼ਾਨ ਵੀ ਹਨ। ਇਸ ਮੌਕੇ DSP ਹੈੱਡਕੁਆਰਟਰ ਥਾਣਾ ਤਲਵੰਡੀ ਚੌਧਰੀਆ ਦੇ SHO ਜਰਨੈਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਦੌਰਾ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਟ੍ਰੀਟਮੈਂਟ ਪਲਾਟ ਸੁਲਤਾਨਪੁਰ ਲੋਧੀ ਜਿਹੜੇ ਉਹਦੇ ਵਿੱਚ ਡੈੱਡ ਬੋਡੀ ਹੋਣ ਦੀ ਸੂਚਨਾ ਮਿਲੀ ਸੀ। ਉਸ 'ਤੇ ਅਸੀਂ ਮੌਕੇ 'ਤੇ ਆਏ ਹਾਂ, ਦੇਖਿਆ ਡੈੱਡ ਬੋਡੀ ਬਾਹਰ ਕੱਢੀ ਗਈ, ਮੋਟਰਸਾਈਕਲ ਨਾਲ ਲੱਗੀ ਹੋਈ ਅਤੇ ਇਹਦੀ ਸਿਰ ਵਿੱਚ ਸੱਟ ਲੱਗੀ ਹੋਈ। ਅਜੇ ਫਿਲਹਾਲ ਇਹਦੀ ਸ਼ਨਾਖਤ ਨਹੀਂ ਹੋਈ, ਪਰਚਾ ਦਰਜ ਕਰ ਰਹੇ ਹਾਂ, ਸ਼ਨਾਖਤ ਕਰਨ ਦੀ ਕੋਸ਼ਿਸ਼ ਕਰਾਂਗੇ। ਪੇਸ ਹੋਈ ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕੰਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।